ਹੈਲੋ ਹਸੀਗਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਕਰੰਟ ਅਫੇਅਰਸ ਦਾ ਪਾਰਟ 11 ਲੈ ਕੇ حاضر ਹੋਏ ਹਾਂ ਇਸ ਕਲਾਸ ਦੇ ਵਿੱਚ ਆਪਾਂ ਪੰਜਾਬ ਲੈਵਲ ਅਤੇ ਇੰਡੀਆ ਲੈਵਲ ਦੇ ਪੇਪਰਾਂ ਦੇ ਨਾਲ ਜਿੰਨੇ ਵੀ ਰਿਲੇਟਡ ਕਰੰਟ ਅਫੇਅਰਸ ਨੇ ਉਹ ਡਿਸਕਸ ਕਰਾਂਗੇ ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ ਇਸ ਤੋਂ ਪਹਿਲਾਂ ਆਪਣੇ ਕਰੰਟ ਅਫੇਅਰਸ ਦੇ 10 ਪਾਰਟ ਆਲਰੇਡੀ ਅਪਲੋਡ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਕਰੰਟ ਅਫੇਅਰਸ ਡਿਸਕਸ ਕੀਤੇ ਨੇ ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੇਨੂੰ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ ਤੁਸੀਂ ਜਾ ਕੇ ਦੇਖ ਲੈਣਾ ਆਦਰਵਾਇਜ਼ ਤੁਸੀਂ ਆਪਣੇ ਚੈਨਲ ਤੇ ਵਿਜ਼ਿਟ ਕਰੋ ਪਲੇਲਿਸਟ ਦੇ ਵਿੱਚ ਜਾਓ ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ ਜਾ ਕੇ ਦੇਖ ਸਕਦੇ ਹੋ ਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ ਅੱਜ ਦਾ ਜੋ ਆਪਣਾ ਸੈਸ਼ਨ ਹੈ ਇਸ ਸੈਸ਼ਨ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਕਰੰਟ ਅਫੇਅਰਸ ਡਿਸਕਸ ਕਰਨ ਜਾ ਰਹੇ ਹਾਂ ਤਾਂ ਸੈਸ਼ਨ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕਰੰਟ ਅਫੇਅਰ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੀ ਪਹਿਲੀ ਸਲਾਈਡ ਦੇ ਨਾਲ ਤਾਂ ਸਭ ਤੋਂ ਪਹਿਲੀ ਜਿਹੜੀ ਸਲਾਈਡ ਹੈ ਸਭ ਤੋਂ ਪਹਿਲਾ ਜਿਹੜਾ ਆਪਣਾ ਫੈਕਟ ਹੈ ਹਰਵਿੰਗਰ ਹੈਕਥਥਨ 2023 ਇੱਕ ਥੀਮ ਹੈ ਠੀਕ ਹੈ ਜੀ ਤੇ ਤੁਹਾਨੂੰ ਪੁੱਛਿਆ ਜਾਊਗਾ ਬਹੁਤ ਇੰਪੋਰਟੈਂਟ ਹੈ ਤਾਂ ਇਹ ਕਿਨੇ ਅਨਾਉਂਸ ਕੀਤਾ ਇਹ ਕੀਤਾ ਆਰਬੀ ਨੇ ਆਰਬੀ ਦਾ ਜਿਹੜਾ ਥੀਮ ਹੈ ਇਨਕਲੂਸਿਵ ਡਿਜੀਟਲ ਸਰਵਿਸ ਠੀਕ ਹੈ ਜੀ ਇਹ ਦਾ ਥੀਮ ਹੈ ਇਨਕਲੂਸਿਵ ਡਿਜੀਟਲ ਸਰਵਿਸ ਇਹਦੀ ਇਨੋਵੇਸ਼ਨ ਦੇ ਲਈ ਇਹਨਾਂ ਨੇ ਇਹ ਲਿਖਿਆ ਹੈਗਾ ਹਰਬਿੰਗਰ ਹੈਕਥਥਨ 2023 ਇਹ ਥੀਮ ਦੇ ਨਾਲ ਇਹਨੂੰ ਜੋੜਿਆ ਹੈਗਾ ਤਾਂ ਇਨੋਵੇਸ਼ਨ ਫਾਰ ਟਰਾਂਸਫਾਰਮਿੰਗ ਥੀਮ ਠੀਕ ਹੈ ਜੀ ਤਾਂ ਇਹਦੇ ਲਈ ਹਰਬਿੰਗਰ ਹੈਕਥਥਨ ਇਹਨਾਂ ਨੇ ਨਾਲ ਜੋੜਿਆ 2023 ਤੇ ਤੁਹਾਨੂੰ ਪੁੱਛਿਆ ਜਾਊ ਕਿ ਕਿਹੜੀ ਬੈਂਕ ਨੇ ਜੋੜਿਆ ਤਾਂ ਇਹ ਜੋੜਿਆ ਆਰਬੀਆਈ ਨੇ ਠੀਕ ਹੈ ਜੀ ਤੁਹਾਨੂੰ ਪੁੱਛਿਆ ਜਾਊ ਬਹੁਤ ਇੰਪੋਰਟੈਂਟ ਕੁਐਸਚਨ ਹੈ ਤੁਹਾਡੇ ਲਈ ਬਣ ਜਾਂਦਾ ਹੈ ਤੈਨੂੰ ਤੁਸੀਂ ਨੋਟ ਕਰ ਲਿਓ ਤਾਂ ਹਰਬਿੰਗਰ ਹੈਕਥਾਥਨ 2023 ਆਰਬੀਆਈ ਨੇ ਇਹ ਜਿਹੜਾ ਥੀਮ ਦੇ ਨਾਲ ਇਹ ਜੋੜਿਆ ਅਗਲਾ ਜਿਹੜਾ ਆਪਣਾ ਪੁਆਇੰਟ ਹੈ ਹੂ ਹੈਜ਼ ਬੀਨ ਨੋਮੀਨੇਟਡ ਬਾਈ ਯੂਐਸ ਪ੍ਰੈਜ਼ੀਡੈਂਟ ਡੇਵਿਡ ਮਾਲਪਾਸ ਸਭ ਤੋਂ ਪਹਿਲਾਂ ਤੁਸੀਂ ਇਹ ਯਾਦ ਰੱਖਣਾ ਕਿ ਯੂਐਸ ਦਾ ਪ੍ਰੈਜ਼ੀਡੈਂਟ ਰੀਸੈਂਟਲੀ ਕੌਣ ਹੈਗਾ ਤਾਂ ਉਹ ਆਪਣਾ ਡੇਵਿਡ ਮਾਲਪਾਸ ਠੀਕ ਹੈ ਜੀ ਯੂਐਸ ਦਾ ਪ੍ਰੈਜ਼ੀਡੈਂਟ ਹੈ ਇਹ ਡੇਵਿਡ ਮਾਲ ਤਾਂ ਇਹਨੇ ਇੱਕ ਆਪਣਾ ਵਰਲਡ ਬੈਂਕ ਦਾ ਲੀਡਰ ਚੁਣਿਆ ਤਾਂ ਇਹ ਪੁੱਛਿਆ ਜਾ ਸਕਦਾ ਤੁਹਾਨੂੰ ਜਿਹੜੀ ਆਪਣੀ ਵਰਲਡ ਬੈਂਕ ਹੈ ਇਹਦਾ ਲੀਡਰ ਚੁਣਿਆ ਨਿਊ ਲੀਡਰ ਇਹਨੂੰ ਲੀਡ ਕਰਨ ਦੇ ਲਈ ਤਾਂ ਉਹ ਆਪਣਾ ਅਜੇ ਬੰਗਾ ਅਜੇ ਬੰਗੇ ਬੰਗਾ ਨੂੰ ਚੁਣਿਆਗਾ ਵਰਲਡ ਬੈਂਕ ਦਾ ਲੀਡਰ ਠੀਕ ਹੈ ਜੀ ਤਾਂ ਕਿਹਨੇ ਚੁਣਿਆਗਾ ਯੂਐਸ ਦਾ ਪ੍ਰੈਜ਼ੀਡੈਂਟ ਹੈ ਜਿਹੜਾ ਡੇਵਿਡ ਮਾਲਪਾਸੇ ਤੁਹਾਨੂੰ ਪੁੱਛਿਆ ਜਾਊਗਾ ਬਹੁਤ ਇੰਪੋਰਟੈਂਟ ਹੈ ਇਸ ਦੇ ਨਾਲ ਨਾਲ ਆਪਾਂ ਜਿਹੜੇ ਵਰਲਡ ਬੈਂਕ ਦੇ ਨਾਲ ਰਿਲੇਟਡ ਫੈਕਟ ਨੇ ਉਹ ਵੀ ਆਪਾਂ ਕਲੀਅਰ ਕਰ ਲੈਣੇ ਆ ਕਿ ਜਿਹੜੀ ਵਰਲਡ ਬੈਂਕ ਦੀ ਸਟੈਬਲਿਸ਼ਮੈਂਟ ਹੋਈ ਹੈ ਉਹ ਹੋਈ ਹੈ 1944 ਈਸਵੀ ਦੇ ਵਿੱਚ ਕਈ ਵਾਰੀ ਬਹੁਤ ਬਾਰੇ ਕੁਐਸਚਨ ਆਇਆ ਕਿ ਜਿਹੜੀ ਵਰਲਡ ਬੈਂਕ ਹੈ ਉਹ ਕਦੋਂ ਬਣੀ ਹੈ ਤਾਂ 1944 ਈਸਵੀ ਦੇ ਵਿੱਚ ਇਹਦੀ ਇਸਟੈਬਲਿਸ਼ਮੈਂਟ ਹੋਈ ਹੈ ਤੇ ਇਹਦਾ ਹੈੱਡਕੁਆਰਟਰ ਕਿੱਥੇ ਹੈ ਵਾਸ਼ਿੰਗਟਨ ਡੀਸੀ ਦੇ ਵਿੱਚ ਇਹ ਵੀ ਤੁਹਾਨੂੰ ਪੁੱਛਿਆ ਜਾਊ ਠੀਕ ਹੈ ਜੀ ਤਾਂ ਹੈੱਡਕੁਆਰਟਰ ਕਿੱਥੇ ਹੈ ਵਾਸ਼ਿੰਗਟਨ ਡੀਸੀ ਦੇ ਵਿੱਚ ਤਾਂ ਵਰਲਡ ਬੈਂਕ ਦਾ ਨਵਾਂ ਲੀਡਰ ਚੁਣਿਆ ਗਿਆ ਅਜੇ ਬੰਗਾ ਬਾਏ ਯੂਐਸ ਪ੍ਰੈਜ਼ੀਡੈਂਟ ਡੇਵਿਡ ਮਾਲਪਾਸ ਠੀਕ ਹੈ ਜੀ ਤੁਹਾਨੂੰ ਪੁੱਛਿਆ ਜਾਊਗਾ ਬਹੁਤ ਇੰਪੋਰਟੈਂਟ ਹੈ ਇਹ ਤਾਂ ਇਹ ਤੁਸੀਂ ਯਾਦ ਕਰ ਲੈਣਾ ਅਗਲਾ ਜਿਹੜਾ ਆਪਣਾ ਪੁਆਇੰਟ ਹੈ ਫਰਸਟ ਪੀਐਮ ਗਤੀਸ਼ਕਤੀ ਰੀਜਨਲ ਵਰਕਸ਼ਾਪ ਇਹ ਵੀ ਤੁਹਾਨੂੰ ਪੁੱਛਿਆ ਜਾਊ ਕਿ ਪਹਿਲੀ ਪੀਐਮ ਗਤੀਸ਼ਕਤੀ ਜਿਹੜੀ ਰੀਜਨਲ ਖੇਤਰੀ ਜਨੂੰ ਬਗੈ ਸਕਦੇ ਆ ਰੀਜਨਲ ਵਰਕਸ਼ਾਪ ਕਿੱਥੇ ਖੋਲੀ ਗਈ ਹੈ ਫਰਸਟ ਪੀਐਮ ਗਤੀਸ਼ਕਤੀ ਰੀਜਨਲ ਵਰਕਸ਼ਾਪ ਕਿੱਥੇ ਖੋਲੀ ਗਈ ਹੈ ਤੁਹਾਨੂੰ ਪੁੱਛਿਆ ਜਾਊਗਾ ਜਿਹੜੀ ਖੇਤਰੀ ਵਰਕਸ਼ਾਪ ਆਪ ਬਗੈ ਸਕਦੇ ਆ ਠੀਕ ਹੈ ਜੀ ਤਾਂ ਇਹ ਖੋਲੀ ਗਈ ਹੈ ਗੋਆ ਦੇ ਵਿੱਚ ਠੀਕ ਹੈ ਜੀ ਗੋਆ ਦੇ ਵਿੱਚ ਹੀ ਖੋਲੀ ਗਈ ਹੈ ਫਰਸਟ ਪੀਐਮ ਗਤੀਸ਼ਕਤੀ ਰੀਜਨਲ ਵਰਕਸ਼ਾਪ ਠੀਕ ਹੈ ਜੀ ਤਾਂ ਇਹ ਤੁਹਾਨੂੰ ਪੁੱਛਿਆ ਜਾਊਗਾ ਬਹੁਤ ਇੰਪੋਰਟੈਂਟ ਕੁਐਸਚਨ ਇਹ ਬਣ ਜਾਂਦਾ ਹੈ ਤਾਂ ਇਹ ਸਾਰੇ ਕੁਸ਼ਨ ਤੁਸੀਂ ਕਾਪੀ ਦੇ ਉੱਤੇ ਨੋਟ ਕਰ ਲਿਓ ਕਾਪੀ ਪੈਨ ਆਪਣਾ ਨਾਲ ਲੈ ਕੇ ਬੈਠਾ ਕਰੋ ਠੀਕ ਹੈ ਜੀ ਇੱਕ ਇੱਕ ਫੈਕਟ ਇੱਕ ਇੱਕ ਕੁਸ਼ਨ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਤਾਂ ਪ੍ਰੀਵੀਅਸ ਵੀ ਜਿੰਨੇ ਸੈਸ਼ਨ ਆਪਣੇ ਅਪਲੋਡ ਹੋਏ ਨੇ ਸਾਰੇ ਤੁਸੀਂ ਅਟੈਂਡ ਕਰਕੇ ਆਇਓ ਤੁਹਾਨੂੰ ਆਉਣ ਵਾਲੇ ਸਾਰੇ ਪੇਪਰਾਂ ਦੇ ਵਿੱਚ ਇਹ ਬਹੁਤ ਫਾਇਦਾ ਦੇਣਗੇ ਠੀਕ ਹੈ ਜੀ ਤਾਂ ਆਪਾਂ ਸਿਰਫ ਜਿਹੜੇ ਤੁਹਾਡੇ ਰੇਅਰ ਤੇ ਮੋਡਰੇਟ ਕੁਸ਼ਨ ਨੇ ਜਾਂ ਜਿਹੜੇ ਤੁਹਾਨੂੰ ਕਰੰਟ ਅਫੇਅਰਸ ਦੇ ਵਿੱਚ 99% ਜਿਹੜੇ ਕੁਸ਼ਨ ਦੇ ਆਉਣ ਦੇ ਚਾਂਸਸ ਹੈਗੇ ਨੇ ਤਾਂ ਉਹ ਕੁਸ਼ਨ ਆਪਾਂ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ ਠੀਕ ਹੈ ਜੀ ਇਹ ਕੁਸ਼ਨ ਤੁਹਾਨੂੰ 올 পেਪਰਸ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਬੇਸ਼ੱਕ ਉਹ ਇੰਡੀਆ ਲੈਵਲ ਦਾ ਹੋਵੇ ਬੇਸ਼ੱਕ ਉਹ ਪੰਜਾਬ ਲੈਵਲ ਦਾ ਹੋਵੇ ਠੀਕ ਹੈ ਜੀ ਕਿਉਂਕਿ ਇਹ ਜਿਹੜੇ ਕਰੰਟ ਅਫੇਅਰਸ ਨੇ ਉਹ ਸਾਰਿਆਂ ਦੇ ਵਿੱਚ ਕਾਮਨਲੀ ਆਉਂਦੇ ਨੇ ਤਾਂ ਇਹ ਸਾਰੇ ਜਿਹੜੇ ਕਰੰਟ ਅਫੇਅਰ ਪ੍ਰੀਵੀਅਸ 6 ਮੰਥ ਦੇ ਤੇ ਆਨ ਗoing ਜਿਹੜੇ ਕਰੰਟ ਅਫੇਅਰ ਨੇ ਜਿਹੜੇ 2023 ਦੇ ਨੇ ਉਹ ਵੀ ਆਪਾਂ ਨਾਲ ਦੀ ਨਾਲ ਆਪਾਂ ਕਵਰ ਕਰ ਰਹੇ ਹਾਂ ਠੀਕ ਹੈ ਜੀ ਤਾਂ ਫਰਸਟ ਪੀਐਮ ਗਤੀਸ਼ਕਤੀ ਜਿਹੜਾ ਰੀਜਨਲ ਵਰਕਸ਼ਾਪ ਹੈ ਉਹ ਕਿੱਥੇ ਖੁੱਲੀ ਗਈ ਹੈ ਗੋਆ ਦੇ ਵਿੱਚ ਤਾਂ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਅਗਲਾ ਜਿਹੜਾ ਆਪਣਾ ਪੁਆਇੰਟ ਹੈ ਵਰਲਡ ਸਕਿਉਰਟੀ ਕਾਂਗ ਦ ਵਰਲਡ ਸਕਿਉਰਟੀ ਕਾਂਗਰਸ ਜਿਹੜੀ ਹੋਈ ਆ ਉਹ ਕਿੱਥੇ ਹੋਈ ਆ 2023 ਦੀ ਠੀਕ ਹੈ ਜੀ ਤੁਹਾਨੂੰ ਪੁੱਛਿਆ ਜਾਊਗਾ ਵਰਲਡ ਸਕਿਉਰਟੀ ਕਾਂਗਰਸ ਕਿਉਂਕਿ ਜਿਹੜਾ ਵਰਲਡ ਲੈਵਲ ਦਾ ਹੈਗਾ ਇਹਦੇ ਆਉਣ ਦੇ ਬਹੁਤ ਚਾਂਸਸ ਬਣ ਜਾਂਦੇ ਨੇ ਤਾਂ 2023 ਦੀ ਕਿੱਥੇ ਹੋਈ ਆ ਇੰਡੀਆ ਦੇ ਵਿੱਚ ਜੈਪੁਰ ਦੇ ਵਿੱਚ ਰਾਜਸਥਾਨ ਦੇ ਵਿੱਚ ਠੀਕ ਹੈ ਜੀ ਇਹ ਤੁਹਾਨੂੰ ਪੁੱਛਿਆ ਜਾਊਗਾ ਵਰਲਡ ਸਕਿਉਰਟੀ ਕਾਂਗਰਸ 2023 ਕਿੱਥੇ ਹੋਈ ਹੈ ਜੈਪੁਰ ਦੇ ਵਿੱਚ ਠੀਕ ਹੈ ਜੀ ਬਹੁਤ ਇੰਪੋਰਟੈਂਟ ਹੈ ਵਰਲਡਸ ਹਾਈਐਸਟ ਵੈਦਰ ਸਟੇਸ਼ਨ ਮੌਸਮ ਸਟੇਸ਼ਨ ਆ ਜਿਹੜਾ ਆਪਣੇ ਵਰਲਡ ਦਾ ਠੀਕ ਹੈ ਜਿਹੜੀਆਂ ਵਰਡ ਦੀਆਂ ਨੇ ਤਾਂ ਤੁਸੀਂ ਚੰਗੀ ਤਰ੍ਹਾਂ ਤਾਂ ਵਰਲਡ ਦਾ ਹਾਈएस्ट ਜਿਹੜਾ ਮੌਸਮ ਦਾ ਸਟੇਸ਼ਨ ਆਪਣਾ ਐਟ ਅ ਟਾਈਮ ਮੌਜੂਦ ਹੈ ਉਹ ਕਿੱਥੇ ਹੈਗਾ ਉਹ ਆਪਣਾ ਮਾਉਂਟ ਐਵਰੇਸਟ ਦੇ ਉੱਤੇ ਠੀਕ ਹੈ ਜੀ ਇਹਦੀ ਕਿੰਨੀ ਉਚਾਈ ਹੈ 8800 48 ਮੀਟਰ ਪੁਆਇੰਟਾਂ ਦੇ ਵਿੱਚ ਵੀ ਹੈਗੀ ਹੈ ਕੁਝ ਠੀਕ ਹੈ ਜੀ ਤਾਂ 8848 ਦੇ 48 ਮੀਟਰ ਹੈ ਮਾਉਂਟ ਐਵਰੇਸਟ ਦੀ ਉਚਾਈ ਹੈ ਜਿਹੜੀ ਠੀਕ ਹੈ ਜੀ ਤਾਂ ਵੈਦਰ ਸਟੇਸ਼ਨ ਜਿਹੜਾ ਹਾਈएस्ट ਹੈ ਉਹ ਕਿੱਥੇ ਹੈ ਤਾਂ ਇਹ ਮਾਉਂਟ ਐਵਰੇਸਟ ਦੇ ਉੱਤੇ ਇਹ ਯਾਦ ਰੱਖਿਓ ਅਗਲਾ ਜਿਹੜਾ ਆਪਣਾ ਪੁਆਇੰਟ ਹੈ ਹੂ ਹੈਜ਼ ਹਿੱਟ ਮੋਸਟ ਨੰਬਰ ਆਫ ਸਿਕਸਸ ਇਨ ਇੰਟਰਨੈਸ਼ਨਲ ਟੈਸਟ ਕ੍ਰਿਕਟ ਠੀਕ ਹੈ ਜੀ ਤਾਂ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਜਿਹੜਾ ਖਿਡਾਰੀ ਹੈ ਉਹਦੇ ਬਾਰੇ ਪੁੱਛਿਆ ਜਾ ਸਕਦਾ ਤਾਂ ਜਿਹੜੀ ਆਪਣੀ ਟੈਸਟ ਕ੍ਰਿਕਟ ਹੋਈ ਹੈ ਇਹਦੇ ਵਿੱਚ ਸਭ ਤੋਂ ਵੱਧ ਛੱਕੇ ਕਿਹਨੇ ਮਾਰੇ ਇਹ ਤੁਹਾਨੂੰ ਪੁੱਛਿਆ ਜਾ ਸਕਦਾ ਤਾਂ ਇੰਟਰਨੈਸ਼ਨਲ ਟੈਸਟ ਕ੍ਰਿਕਟ ਦੇ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਖਿਡਾਰੀ ਇਹਦੇ ਬਾਰੇ ਪੁੱਛਿਆ ਜਾ ਸਕਦਾ ਤਾਂ ਬਹੁਤ ਇੰਪੋਰਟੈਂਟ ਇਹ ਬਣ ਜਾਂਦਾ ਤਾਂ ਇਹਦਾ ਨਾਮ ਹੈ ਬੈਨ ਸਟਾਕਸ ਠੀਕ ਹੈ ਜੀ ਬੈਨ ਸਟਾਕਸ ਕਿੱਥੋਂ ਦਾ ਇਹ ਨਿਊਜ਼ੀਲੈਂਡ ਦਾ ਖਿਡਾਰੀ ਹੈ ਠੀਕ ਹੈ ਜੀ ਨਿਊਜ਼ੀਲੈਂਡ ਦਾ ਖਿਡਾਰੀ ਹੈ ਇਹ ਬੈਨ ਸਟਾਕਸ ਤਾਂ ਸਭ ਤੋਂ ਵੱਧ ਛੱਕੇ ਇਹ ਬੰਦੇ ਨੇ ਮਾਰੇ ਆ ਟੈਸਟ ਕ੍ਰਿਕਟ ਦੇ ਵਿੱਚ ਠੀਕ ਹੈ ਜੀ ਤੇ ਤੁਹਾਨੂੰ ਪੁੱਛਿਆ ਜਾਊਗਾ ਕ੍ਰਿਕਟ ਦੇ ਨਾਲ ਜਿੰਨੇ ਵੀ ਰਿਲੇਟਡ ਕਰੰਟ ਅਫੇਅਰ ਆਉਂਦੇ ਨੇ ਉਹ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਿਆ ਕਰੋ ਕਿਉਂਕਿ ਬਹੁਤ ਇੰਪੋਰਟੈਂਟ ਹੁੰਦੇ ਨੇ ਤੇ ਵਾਰ-ਵਾਰ ਪੁੱਛੇ ਜਾਂਦੇ ਨੇ ਠੀਕ ਹੈ ਜੀ ਅਗਲਾ ਜਿਹੜਾ ਆਪਣਾ ਪੁਆਇੰਟ ਹੈ ਨੈਸ਼ਨਲ ਜੀਓਗ੍ਰਾਫਿਕ ਫੋਟੋ ਆਫ ਦੀ ਇਅਰ 2023 ਕੰਟੈਸਟ ਕਿਹਨੇ ਜਿੱਤੇ ਠੀਕ ਹੈ ਜੀ ਤਾਂ ਇੱਕ ਨੈਸ਼ਨਲ ਜੀਓਗ੍ਰਾਫਿਕ ਫੋਟੋ ਆਫ ਦਿ ਇਅਰ ਇਹ ਕੰਟੈਸਟ ਹੁੰਦਾ ਹੁੰਦਾ ਤਾਂ 2023 ਦੇ ਵਿੱਚ ਵੀ ਇਹ ਹੋਇਆ ਠੀਕ ਹੈ ਜੀ ਜਿਹਦੇ ਵਿੱਚ ਜੀਓਗ੍ਰਾਫੀ ਦੇ ਨਾਲ ਪਿਕਸਲ ਜਿਹੜੀਆਂ ਹੁਕ ਲੱਕ ਕੀਤੀਆਂ ਜਾਂਦੀਆਂ ਨੇ ਜਾਂ ਬਣਾਈਆਂ ਜਾਂਦੀਆਂ ਨੇ ਤਾਂ ਨੈਸ਼ਨਲ ਜੀਓਗ੍ਰਾਫਿਕ ਫੋਟੋ ਆਫ ਦਿ ਇਅਰ ਜਿਹੜਾ ਕੰਟੈਸਟ ਆ ਉਹ ਕਿਹਨੇ ਜਿੱਤਿਆ ਤਾਂ ਇਹ ਬੰਦੇ ਦਾ ਨਾਮ ਹੈ ਕਾਰਤਿਕ ਸੁਬਰਾਮਣੀਅਮ ਠੀਕ ਹੈ ਜੀ ਕਾਰਤਿਕ ਸੁਬਰਾਮਣੀਅਮ ਇਹ ਬੰਦੇ ਨੇ ਇਹ ਕੰਟੈਸਟ ਜਿੱਤੇਗਾ ਤੇ ਇਹਨੇ ਕੀ ਬਣਾਇਆ ਇਹਨੇ ਬਣਾਈਆ ਡਾਂਸ ਆਫ ਦਿ ਈਗਲ ਇਹ ਫੋਟੋ ਬਣਾਈਏ ਨੇ ਡਾਂਸ ਆਫ ਦੀ ਈਗਲ ਠੀਕ ਹੈ ਜੀ ਬਹੁਤ ਇੰਪੋਰਟੈਂਟ ਕੁਐਸਚਨ ਇਹ ਬਣ ਜਾਂਦਾ ਡਾਂਸ ਆਫ ਦੀ ਈਗਲ ਨੇ ਇਹ ਫੋਟੋ ਬਣਾਈ ਹੈ ਇਹਦੇ ਕਰਕੇ ਇਹਨੂੰ ਨੈਸ਼ਨਲ ਜਿਹੜਾ ਜੀਓਗ੍ਰਾਫਿਕ ਫੋਟੋ ਆਫ ਦੀ ਇਅਰ ਇਹ ਕੰਟੈਸਟੇ ਨੇ ਜਿੱਤਿਆ ਠੀਕ ਹੈ ਜੀ ਤੁਹਾਨੂੰ ਪੁੱਛਿਆ ਜਾਊਗਾ ਬਹੁਤ ਇੰਪੋਰਟੈਂਟ ਬਣ ਜਾਂਦਾ ਹੈ ਅਗਲਾ ਜਿਹੜਾ ਆਪਣਾ ਪੁਆਇੰਟ ਹੈ ਐਮਬੈਸਡਰ ਫਾਰ ਚਿਲਡਰਨਸ ਰਾਈਟ ਠੀਕ ਹੈ ਜੀ ਬਾਈ ਯੂਨੀਸੇਫ ਇੰਡੀਆ ਤਾਂ ਯੂਨੀਸੇਫ ਨੇ ਆਪਣਾ ਇੱਕ ਨਵਾਂ ਬ੍ਰਾਂਡ ਅੰਬੈਸਡਰ ਚੁਣੇਗਾ ਠੀਕ ਹੈ ਜੀ ਯੂਨੀਸੇਫ ਬਹੁਤ ਮਤਲਬ ਚਿਲड्रन ਜਿਹੜੀ ਬਣਾ ਚਿਲड्रन ਦੇ ਲਈ ਬਣਾਈ ਗਈ ਸੰਸਥਾ ਹੈਗੀ ਤਾਂ ਇਹਨੇ ਆਪਣਾ ਬ੍ਰਾਂਡ ਐਂਬੈਸਡਰ ਚੁਣਿਆ ਤਾਂ ਕਿਹਨੂੰ ਚੁਣਿਆ ਆਯੂਸ਼ਮਾਨ ਖੁਰਾਨਾ ਨੂੰ ਠੀਕ ਹੈ ਤੇ ਇਹ ਤੁਹਾਨੂੰ ਪੁੱਛਿਆ ਜਾਊਗਾ ਬਾਲੀਵੁੱਡ ਐਕਟਰ ਹੈ ਇਹ ਆਯੂਸ਼ਮਾਨ ਖੁਰਾਨਾ ਤਾਂ ਯੂਨੀਸੈਫ ਬਹੁਤ ਮਤਲਬ ਫੇਮਸ ਸੰਸਥਾ ਹੈਗੀ ਬੱਚਿਆਂ ਦੇ ਰਾਈਟ ਦੇ ਲਈ ਤਾਂ ਇਹਨੇ ਆਪਣਾ ਬ੍ਰਾਂਡ ਐਂਬੈਸਡਰ ਚੁਣਿਆ ਕਿਹਨੂੰ ਚੁਣਿਆ ਆਯੂਸ਼ਮਾਨ ਖੁਰਾਨਾ ਨੂੰ ਇਹ ਤੁਹਾਨੂੰ ਪੁੱਛਿਆ ਜਾਊਗਾ ਬਹੁਤ ਇੰਪੋਰਟੈਂਟ ਬਣ ਜਾਂਦਾ ਅਗਲਾ ਜਿਹੜਾ ਆਪਣਾ ਪੁਆਇੰਟ ਹੈ ਸੈਫਿਰ ਰੈਪਿਡਸ ਠੀਕ ਹੈ ਜੀ ਸੈਫਿਰ ਰੈਪਿਡਸ ਇੱਕ ਪ੍ਰੋਸੈਸਰ ਹੈ ਠੀਕ ਹੈ ਜੀ ਕੰਪਿਊਟਰ ਦਾ ਇਹ ਇੱਕ ਪ੍ਰੋਸੈਸਰ ਹੈ ਸੈਫਿਰ ਰੈਪਿਡਸ ਇਹਦੇ ਬਾਰੇ ਤੁਹਾਨੂੰ ਪੁੱਛਿਆ ਜਾਊਗਾ ਇਹ ਕਿਹਦੇ ਲਈ ਬਣਾਇਆ ਗਿਆ ਪ੍ਰੋਫੈਸ਼ਨਲ ਕ੍ਰੀਏਟਰ ਦੇ ਲਈ ਜਿਹੜੇ ਬੰਦੇ ਪ੍ਰੋਫੈਸ਼ਨਲ ਨੇ ਤਾਂ ਉਹਨਾਂ ਦੇ ਲਈ ਇਹ ਬਣਾਇਆ ਗਿਆ ਹੈਗਾ ਤਾਂ ਇਹ ਕਿਹੜੀ ਕੰਪਨੀ ਨੇ ਬਣਾਇਆ ਇਹ ਬਣਾਇਆਗਾ ਇੰਟਲ ਨੇ ਇਹ ਪੁੱਛਿਆ ਜਾਊਗਾ ਠੀਕ ਹੈ ਜੀ ਤਾਂ ਕਿਹੜੀ ਕੰਪਨੀ ਨੇ ਬਣਾਇਆ ਇੰਟਲ ਨੇ ਬਣਾਇਆ ਇਹ ਸੈਫਿਰ ਰੈਪਿਡਸ ਪ੍ਰੋਸੈਸਰ ਫॉर ਪ੍ਰੋਫੈਸ਼ਨਲ ਕ੍ਰੀਏਟਰਸ ਤਾਂ ਇੰਟਲ ਦੇ ਆਪਾਂ ਦੇਖਦੇ ਹਾਂਗੇ ਬਹੁਤ ਪ੍ਰੋਡਕਟ ਆਉਂਦੇ ਨੇ ਇਹ ਲਾਈਨ ਦੇ ਵਿੱਚ ਤਾ ਕੰਪਿਊਟਰ ਲਾਈਨ ਦੇ ਵਿੱਚ ਤਾਂ ਇੰਟਲ ਨੇ ਇਹ ਜਿਹੜਾ ਸੈਫਿਰ ਰੈਪਿਡ ਦੇ ਪ੍ਰੋਸੈਸਰ ਬਣਾਇਆ ਕੰਪਿਊਟਰ ਦਾ ਨਿਊ ਤਾਂ ਇਹ ਤੁਹਾਨੂੰ ਪੁੱਛਿਆ ਜਾਊਗਾ ਕਿ ਕਿਹੜੀ ਕੰਪਨੀ ਨੇ ਬਣਾਇਆ ਤਾਂ ਇਹ ਬਣਾਇਆ ਇੰਟਲ ਨੇ ਠੀਕ ਹੈ ਜੀ ਅਗਲਾ ਜਿਹੜਾ ਆਪਣਾ ਪੁਆਇੰਟ ਹੈ ਸ਼ਹਾਬੁਦੀਨ ਚੱਪੂ ਇਲੈਕਟਿਡ ਦੀ 22 ਪ੍ਰੈਜ਼ੀਡੈਂਟ ਆਫ ਠੀਕ ਹੈ ਜੀ ਤਾਂ ਸ਼ਹਾਬੁਦੀਨ ਚੱਪੂ ਜਿਹੜੇ ਚੁਣੇ ਗਏ ਨੇ ਇਹ 22ਵੇਂ ਪ੍ਰੈਜ਼ੀਡੈਂਟ ਚੁਣੇ ਗਏ ਨੇ ਕਿਹੜੀ ਕੰਟਰੀ ਦੇ ਬੰਗਲਾਦੇਸ਼ ਦੇ ਠੀਕ ਹੈ ਜੀ ਤਾਂ ਬੰਗਲਾਦੇਸ਼ ਦੇ ਹੇ 22ਵੇਂ ਪ੍ਰੈਜ਼ੀਡੈਂਟ ਚੁਣੇ ਗਏ ਨੇ ਸ਼ਾਹਬੁੱਦੀਨ ਚੱਪੂ ਤਾਂ ਇਹ ਉਹੀ ਬੰਗਲਾਦੇਸ਼ ਹੈ ਜਿਹੜਾ 1905 ਦੇ ਵਿੱਚ ਆਪਣੀ ਬੰਗਾਲ ਦੀ ਜਦੋਂ ਵੰਡ ਹੋਈ ਸੀ ਠੀਕ ਹੈ ਜੀ ਤਾਂ ਇੱਕ ਆਪਣਾ ਵੈਸਟ ਬੰਗਾਲ ਬਣ ਗਿਆ ਸੀ ਇੱਕ ਆਪਣਾ ਈਸਟ ਬੰਗਾਲ ਤਾਂ ਇਹ ਈਸਟ ਬੰਗਾਲ ਹੈ ਬੰਗਲਾਦੇਸ਼ ਤਾਂ ਇਹਦੇ ਪ੍ਰੈਜ਼ੀਡੈਂਟ ਆਪਾਂ ਨੂੰ ਪੁੱਛਿਆ ਗਿਆਗਾ 22ਵੇਂ ਪ੍ਰੈਜ਼ੀਡੈਂਟ ਸ਼ਾਹਬੁੱਦੀਨ ਚੱਪੂ ਠੀਕ ਹੈ ਜੀ ਹੋ ਸਕਦਾ ਮੇਰੀ ਪ੍ਰੋਨਨਸੀਏਸ਼ਨ ਗਲਤ ਹੋਵੇ ਤੁਸੀਂ ਪ੍ਰੋਨਨਸੀਏਸ਼ਨ ਸਹੀ ਕਰ ਲਿਓ ਸ਼ਾਹਬੁੱਦੀਨ ਚੱਪੂ ਤਾਂ ਇਹ ਹੋ ਸਕਦਾ ਸਹੀ ਹੋਵੇ ਠੀਕ ਹੈ ਜੀ ਤਾਂ ਇਸੇ ਤਰੀਕੇ ਨੂੰ ਪੜਾਇਆ ਜਾਂਦਾ ਸ਼ਾਹਬੁੱਦੀਨ ਚੱਪੂ ਤਾਂ 22ਵੇਂ ਇਹ ਪ੍ਰੈਜ਼ੀਡੈਂਟ ਹੈ ਜਿਹੜੇ ਇਹ ਬੰਗਲਾਦੇਸ਼ ਦੇ ਚੁਣੇ ਗਏ ਨੇ ਇਹ ਤੁਹਾਨੂੰ ਪੁੱਛਿਆ ਜਾਊਗਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਅਗਲਾ ਜਿਹੜਾ ਆਪਣਾ ਪੁਆਇੰਟ ਹੈ ਇੰਡੀਆਜ਼ ਫਰਸਟ ਨੈਸ਼ਨਲ ਮੈਟਰੋ ਰੇਲ ਨੌਲੇਜ ਸੈਂਟਰ ਹੈਜ਼ ਬੀਨ ਬਿਲਟ ਇਨ ਤਾਂ ਰੇਲ ਦੀ ਨੌਲੇਜ ਦੇ ਲਈ ਇੰਡੀਆ ਦਾ ਜਿਹੜਾ ਫਰਸਟ ਨੈਸ਼ਨਲ ਮੈਟਰੋ ਰੇਲ ਨੌਲੇਜ ਸੈਂਟਰ ਖੋਲਿਆ ਗਿਆਗਾ ਇਹ ਤੁਹਾਨੂੰ ਪੁੱਛਿਆ ਜਾਊਗਾ ਕਿੱਥੇ ਖੋਲਿਆ ਗਿਆ 2023 ਦਾ ਸਵਾਲ ਹੈ ਇਹ ਠੀਕ ਹੈ ਜੀ ਪੁੱਛਿਆ ਜਾਊਗਾ ਤੁਹਾਨੂੰ ਇਹ ਤਾਂ 2023 ਦਾ ਸਵਾਲ ਹੈ ਇਹ ਹੇ ਨਵੀਂ ਦਿੱਲੀ ਦੇ ਵਿੱਚ ਖੁੱਲਿਆ ਗਿਆ ਹੈਗਾ ਨਵੀਂ ਦਿੱਲੀ ਦੇ ਵਿੱਚ ਨਿਊ ਡੈਲੀ ਦੇ ਵਿੱਚ ਇਹ ਖੁੱਲਿਆ ਗਿਆ ਹੈਗਾ ਇੰਡੀਆਜ਼ ਫਰਸਟ ਇੰਟਰਨੈਸ਼ਨਲ ਨੈਸ਼ਨਲ ਮੈਟਰੋ ਰੇਲ ਨੋਲਿਜ ਇੰਟਰਨੈਸ਼ਨਲ ਨਹੀਂ ਨੈਸ਼ਨਲ ਠੀਕ ਹੈ ਜੀ ਤਾਂ ਇੰਡੀਆਜ਼ ਫਰਸਟ ਨੈਸ਼ਨਲ ਮੈਟਰੋ ਰੇਲ ਨੋਲਿਜ ਸੈਂਟਰ ਹੈਜ਼ ਬੀਨ ਬਿਲਟ ਇਨ ਨਿਊ ਡੈਲੀ ਠੀਕ ਹੈ ਜੀ ਤੁਹਾਨੂੰ ਪੁੱਛਿਆ ਜਾਊਗਾ ਬਹੁਤ ਇੰਪੋਰਟੈਂਟ ਕੁਐਸਚਨ ਇਹ ਬਣ ਜਾਂਦਾ ਹੈ ਅਗਲਾ ਜਿਹੜਾ ਆਪਣਾ ਪੁਆਇੰਟ ਹੈ ਵਰਲਡ ਹਿੰਦੀ ਕਾਨਫਰੰਸ 2023 ਹੈਲਡ ਇਨ ਠੀਕ ਹੈ ਜੀ ਤਾਂ ਜਿਹੜੀ ਵਰਲਡ ਹਿੰਦੀ ਕਾਨਫਰੰਸ ਹੋਈ ਹੈ 2023 ਦੀ ਠੀਕ ਹੈ ਜਿਹਦੇ ਬਾਰੇ ਤੁਹਾਨੂੰ ਪੁੱਛਿਆ ਜਾਊਗਾ ਤਾਂ ਵਰਲਡ ਹਿੰਦੀ ਕਾਨਫਰੰਸ 2023 ਦੀ ਇਹ ਕਿੱਥੇ ਹੋਈ ਹੈ ਤਾਂ ਇਹ ਹੋਈ ਹੈ ਫਿਜੀ ਦੇ ਵਿੱਚ ਫਿਜੀ ਦੇ ਵਿੱਚ ਤਾਂ ਫਿਜੀ ਕਿੱਥੋਂ ਦਾ ਹੈ ਇੱਕ ਮਤਲਬ ਸ਼ਹਿਰ ਹੈ Oseana ਦਾ Oseana ਇੱਕ ਕੰਟਰੀ ਹੈ ਤਾਂ ਫਿਜੀ ਉੱਥੋਂ ਦਾ ਸ਼ਹਿਰ ਹੈਗਾ ਤਾਂ ਇੱਥੇ ਹੋਈ ਹੈ ਵਰਲਡ ਹਿੰਦੀ ਕਾਨਫਰੰਸ 2023 ਇਹ ਤੁਹਾਨੂੰ ਪੁੱਛਿਆ ਜਾਊਗਾ ਬਹੁਤ ਇੰਪੋਰਟੈਂਟ ਕੁਸ਼ਚਨ ਬਣ ਜਾਂਦਾ ਹੈ ਹਿੰਦੀ ਦੇ ਨਾਲ ਰਿਲੇਟਡ ਹੈ ਠੀਕ ਹੈ ਜੀ ਤਾਂ ਇੱਕ ਇਹ ਵਰਲਡ ਦੇ ਨਾਲ ਰਿਲੇਟਡ ਆ ਗਿਆ ਤਾਂ ਵਰਲਡ ਹਿੰਦੀ ਕਾਨਫਰੰਸ ਹੋਈ ਹੈ 2023 ਦੀ ਤਫਿਜੀ ਓਸ਼ੀਆਨਾਂ ਦੇ ਵਿੱਚ ਹੋਈ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਜੀ ਤਾਂ ਮੈਂ ਵਾਰ-ਵਾਰ ਤੁਹਾਨੂੰ ਰਿਕਮੈਂਡ ਕਰ ਰਿਹਾ ਕਿ ਕਾਪੀ ਪੈਨ ਆਪਣਾ ਨਾਲ ਰੱਖੋ ਤੇ ਜਿੰਨੇ ਵੀ ਕਰੰਟ ਅਫੇਅਰਸ ਆਪਨੇ ਮੈਂ ਤੁਹਾਨੂੰ ਕਰਵਾ ਰਿਹਾ ਇਹ ਸਾਰੇ ਤੁਸੀਂ ਨੋਟ ਕਰ ਲਿਓ ਤੇ ਇਹਨੂੰ ਵਾਰ-ਵਾਰ ਤੁਸੀਂ ਰਿਵਾਈਜ਼ ਕਰੋ ਠੀਕ ਹੈ ਜੀ ਤੇ ਵੀਡੀਓ ਆਪਣੀਆਂ ਦੋ ਤਿੰਨ ਵਾਰ ਦੇਖ ਲਿਆ ਕਰੋ ਦੋ ਤਿੰਨ ਵਾਰ ਦੇਖਣ ਦੇ ਨਾਲ ਸੁਣਨ ਦੇ ਨਾਲ ਤੁਹਾਡੇ ਵਧੀਆ ਯਾਦ ਹੋ ਜਾਂਦੇ ਨੇ ਠੀਕ ਹੈ ਜੀ ਤਾਂ ਇਹ ਵੀਡੀਓ ਆਪਣੀਆਂ ਬੈਕ ਟੂ ਬੈਕ ਆਉਂਦੀਆਂ ਰਹਿਣਗੀਆਂ ਕਰੰਟ ਅਫੇਅਰਸ ਦੀਆਂ ਤੇ ਬਾਕੀ ਵੀ ਆਪਣੇ ਸਾਰੇ ਸੈਸ਼ਨ ਆਉਂਦੇ ਰਹਿਣਗੇ ਤੇ ਮਾਸਟਰ ਕੀਟਰ ਦਾ ਸੈਸ਼ਨ ਆਪਾਂ ਸ 5 ਜੂਨ ਤੋਂ ਉਹ ਤੁਹਾਡਾ ਜਿਹੜਾ ਟਾਈਮ ਟੇਬਲ ਹੈ ਉਹ ਬਹੁਤ ਜਲਦੀ ਤੁਹਾਨੂੰ ਅਪਲੋਡ ਕਰ ਦਾਂਗੇ ਕਮਿਊਨਿਟੀ ਸੈਕਸ਼ਨ ਦੇ ਵਿੱਚ ਠੀਕ ਹੈ ਜੀ ਤਾਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਬਹੁਤ ਵਧੀਆ-ਵਧੀਆ ਕੰਟੈਂਟ ਆਪਾਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਤਾਂ ਵਰਲਡ ਹਿੰਦੀ ਕਾਨਫਰੰਸ ਜਿਹੜੀ ਹੋਈ ਹੈ ਉਹ ਫਿਜੀ ਦੇ ਵਿੱਚ ਓਸ਼ੀਆਨਾ ਦੇ ਵਿੱਚ ਹੋਈ ਹੈ ਅਗਲਾ ਜਿਹੜਾ ਆਪਣਾ ਪੁਆਇੰਟ ਹੈ ਵਿਚ ਸਟੇਟ ਆਫ ਇੰਡੀਆ ਲਾਂਚਡ ਵਨ ਫੈਮਿਲੀ ਵਨ ਆਈਡੈਂਟੀਟੀ ਪੋਰਟਲ ਤਾਂ ਜਿਹੜੇ ਇਹੋ ਜਿਹੇ ਪੋਰਟਲ ਖੁੱਲਦੇ ਨੇ ਤਾਂ ਇਹ ਬਹੁਤ ਇੰਪੋਰਟੈਂਟ ਆਪਣੇ ਲਈ ਬਣ ਜਾਂਦੇ ਨੇ ਠੀਕ ਹੈ ਜੀ ਜਿਹੜਾ ਬਹੁਤ ਫੇਮਸ ਪੋਰਟਲ ਹੈ ਉਹਦੇ ਬਾਰੇ ਹੀ ਆਪਾਂ ਨੂੰ ਪੁੱਛਿਆ ਜਾਊ ਸਟੇਟਸ ਦੇ ਵਿੱਚੋਂ ਤਾਂ ਵਨ ਫੈਮਿਲੀ ਵਨ ਆਈਡੈਂਟੀਟੀ ਪੋਰਟਲ ਜਿਆਦਾ ਤੁਸੀਂ ਬਰੀਕੀ ਦੇ ਵਿੱਚ ਜਾਣ ਦੀ ਲੋੜ ਨਹੀਂ ਜਿਹੜੇ ਕਰੰਟ ਅਫੇਅਰਸ ਹੁੰਦੇ ਨੇ ਤਾਂ ਇਹ ਕਰੰਟ ਅਫੇਅਰ ਤੁਸੀਂ ਜਰੂਰ ਸਾਰੇ ਆਪਣੇ ਜਿੰਨੇ ਮੈਂ ਤੁਹਾਨੂੰ ਕਰਵਾ ਰਿਹਾ ਤਾਂ ਜਿੱਥੋਂ ਵੀ ਤੁਸੀਂ ਪੜ ਰਹੇ ਹੋ ਠੀਕ ਹੈ ਜੀ ਤਾਂ ਜਿਹੜੇ ਜਿਆਦਾ ਡੀਪਲੀ ਕਰੰਟ ਅਫੇਅਰ ਹੁੰਦੇ ਨੇ ਛੋਟੀਆਂ-ਛੋਟੀਆਂ ਜਿਹੜੀਆਂ ਸਕੀਮਸ ਹੁੰਦੀਆਂ ਨੇ ਉਹ ਪੜਨ ਦੀ ਲੋੜ ਨਹੀਂ ਕਿਉਂਕਿ ਉਹ ਬਹੁਤ ਘੱਟ ਆਉਂਦੇ ਨੇ ਬਟ ਇਹ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ ਕਿਉਂਕਿ ਇਹ ਸਾਰੇ ਪੇਪਰਾਂ ਦੇ ਵਿੱਚ ਕਾਮਨ ਲਈ ਕੁਐਸਚਨ ਇਹੋ ਜਿਹੇ ਆਉਂਦੇ ਨੇ ਆਪਾਂ ਦੇਖਦੇ ਹਾਂ ਜਿਹੜੇ ਵਰਲਡ ਲੈਵਲ ਦੇ ਹੁੰਦੇ ਨੇ ਜਾਂ ਇੰਡੀਆ ਲੈਵਲ ਦੇ ਨੈਸ਼ਨਲ ਲੈਵਲ ਦੇ ਹੁੰਦੇ ਨੇ ਠੀਕ ਹੈ ਜੀ ਤਾਂ ਜਿੰਨੇ ਵੀ ਇਹ ਇੰਪੋਰਟੈਂਟ ਨੇ ਉਹ ਆਪਾਂ ਤੁਹਾਨੂੰ ਕਵਰ ਕਰਵਾ ਰਹੇ ਹਾਂ ਤਾਂ ਵਨ ਫੈਮਿਲੀ ਵਨ ਆਈਡੈਂਟੀਟੀ ਪੋਰਟਲ ਜਿਹੜਾ ਖੋਲਿਆ ਗਿਆ ਉਹ ਖੋਲਿਆ ਗਿਆਗਾ ਉੱਤਰ ਪ੍ਰਦੇਸ਼ ਦੇ ਵਿੱਚ ਇਹ ਤੁਹਾਨੂੰ ਪੁੱਛਿਆ ਜਾਊਗਾ ਬਹੁਤ ਇੰਪੋਰਟੈਂਟ ਇਹ ਕੁਐਸਚਨ ਬਣ ਜਾਂਦਾ ਹੈ ਇੱਕ ਨਿਊ ਪੋਰਟਲ ਖੋਲਿਆਗਾ ਵਨ ਆਈਡੈਂਟੀਟੀ ਵਨ ਫੈਮਿਲੀ ਵਨ ਫੈਮਿਲੀ ਵਨ ਆਈਡੈਂਟੀਟੀ ਪੋਰਟ ਅਗਲਾ ਜਿਹੜਾ ਆਪਣਾ ਪੁਆਇੰਟ ਹੈ ਇਹ ਫੈਮਿਲੀ ਮਤਲਬ ਵਨ ਫੈਮਿਲੀ ਜਿਵੇਂ ਆਪਣਾ ਆਧਾਰ ਕਾਰਡ ਆਪਾਂ ਕਹਿ ਸਕਦੇ ਹਾਂ ਠੀਕ ਹੈ ਜੀ ਤਾਂ ਇੱਕ ਆਧਾਰ ਕਾਰਡ ਦੀ ਤਰ੍ਹਾਂ ਇੱਕ ਨਿਊ ਪੋਰਟਲ ਹੈਗਾ ਠੀਕ ਹੈ ਵਨ ਫੈਮਿਲੀ ਵਨ ਆਈਡੈਂਟੀਟੀ ਤਾਂ ਇੱਕ ਮਤਲਬ ਇੱਕ ਪੋਰਟਲ ਦੇ ਉੱਤੇ ਤੁਹਾਡੀ ਸਾਰੀ ਫੈਮਿਲੀ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਸਾਰੀ ਫੈਮਿਲੀ ਦੀ ਜਾਣਕਾਰੀ ਹੈ ਜਿਹੜੀ ਹੋ ਇੱਕ ਪੋਰਟਲ ਦੇ ਉੱਤੇ ਉਹ ਅਪਲੋਡ ਹੋ ਜੂਗੀ ਠੀਕ ਹੈ ਤਾਂ ਉਹਦੇ ਲਈ ਇਹ ਪੋਰਟਲ ਬਣਾਇਆ ਗਿਆ ਹੈ ਤਾਂ who became the first indian skipper to uh, score century in all three formats ਤਾਂ ਸਾਰੇ ਜਿੰਨੇ ਫਾਰਮੈਟਸ ਹੁੰਦੇ ਨੇ cricket ਦੇ all three formats ਤਾਂ ਇਹਨਾਂ ਦੇ ਵਿੱਚ ਸੈਂਚਰੀ ਮਾਰਨ ਵਾਲਾ ਬੰਦਾ ਕੌਣ ਹੈ ਤਾਂ ਸੈਂਚਰੀ ਜਿਹਨੇ ਮਾਰੀ ਹੈ ਤਾਂ ਉਹ ਮਾਰੀ ਹੈ ਰੋਹਿਤ ਸ਼ਰਮਾ ਨੇ ਠੀਕ ਹੈ ਜੀ ਤਾਂ ਬਹੁਤ ਇੰਪੋਰਟੈਂਟ ਬਣ ਜਾਂਦਾ ਹੈ ਇਹ cricket ਦਾ ਕੁਐਸਚਨ ਹੈ ਤਾਂ ਰੋਹਿਤ ਸ਼ਰਮਾ ਨੇ ਮਾਰੀ ਹੈ all three formats ਦੇ ਵਿੱਚ ਸੈਂਚਰੀ ਸੈਂਕੜਾ ਮਾਰਿਆ ਠੀਕ ਹੈ ਜੀ ਤਾਂ ਇਹ ਤੁਹਾਨੂੰ ਪੁੱਛਿਆ ਜਾਊਗਾ ਅਗਲਾ ਜਿਹੜਾ ਆਪਣਾ ਪੁਆਇੰਟ ਹੈ ਆਈ ਸੀ اےਓ 에ਵੀਏਸ਼ਨ ਸੇਫਟੀ ਓਵਰਸਾਈਟ ਰੈਂਕਿੰਗ ਦੇ ਵਿੱਚ ਇਹ ਤੁਹਾਨੂੰ ਪੁੱਛਿਆ ਜਾਊਗਾ ਇਹ ਜਿਹੜੇ ਆਪਣੇ ਲਾਜ਼ ਬੰਦੇ ਨੇ ਆਪਣੇ ਕਾਨੂੰਨ ਬਣਦੇ ਨੇ ਠੀਕ ਹੈ ਜੀ ਆਪਣੀ ਸੇਫਟੀ ਦੇ ਲਈ ਤਾਂ ਆਈ ਸੀ اےਓ ਇਹ ਰੈਂਕਿੰਗ ਹੁੰਦੀ ਹੈ ਤਾਂ ਜਿਹਦੇ ਵਿੱਚ ਜਿਹੜੇ ਆਪਣੇ ਲਾਜ਼ ਹੁੰਦੇ ਨੇ ਮਤਲਬ ਜਿਹੜਾ ਆਪਣਾ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਸੇਫਟੀ ਦੇ ਲਈ ਆਪਣੇ ਲਈ ਕਿਹੜੇ ਲਾਜ਼ ਬਣਾਏ ਗਏ ਨੇ ਠੀਕ ਹੈ ਜੀ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਆਈਡੈਂਟੀਫਾਈ ਕੀਤਾ ਜਾਂਦਾ ਸਾਰੀਆਂ ਚੀਜ਼ਾਂ ਉਹ ਦੇਖੀਆਂ ਜਾਂਦੀਆਂ ਤਾਂ ਉਹਦੇ ਅਕੋਰਡਿੰਗ ਜਿਹੜੀ ਆਪਣੀ ਇੰਡੀਆ ਦੀ ਰੈਂਕਿੰਗ ਰਹੀ ਹੈ ਉਹ 50 5 ਤੇ ਹੈ ਠੀਕ ਹੈ ਜੀ 55ਵੀਂ ਰੈਂਕਿੰਗ ਹੈ ਆਪਣੇ ਇੰਡੀਆ ਦੀ ਆਈਸੀਆਓ 에ਬੀਏਸ਼ਨ ਸੇਫਟੀ ਓਵਰਸਾਈਟ ਰੈਂਕਿੰਗ ਠੀਕ ਹੈ ਜੀ ਤਾਂ ਇਹ ਤੁਹਾਨੂੰ ਪੁੱਛਿਆ ਜਾਊਗਾ ਤਾਂ ਰੈਂਕਿੰਗ ਤੁਹਾਡੇ ਸਾਰੀ ਯਾਦ ਹੋਣੀ ਚਾਹੀਦੀ ਹੈ ਕੁਸ਼ਕਾਪਾ ਜਿਹੜੀ ਉਹ ਕਵਰ ਕਰ ਲਈ ਹੈ ਤੇ ਜਿਹੜੀ ਰਹਿ ਗਈ ਉਹ ਆਪਾਂ ਕਰ ਲਾਂਗੇ ਆਉਣ ਵਾਲੇ ਕਰੰਟ ਅਫੇਅਰਸ ਦੇ ਵਿੱਚ ਤਾਂ ਜੁੜੇ ਰਹੋ ਇੱਕ ਵੀ ਸੈਸ਼ਨ ਆਪਣਾ ਮਿਸ ਨਾ ਕਰਿਓ ਜੇਕਰ ਤੁਹਾਨੂੰ ਵੀਡੀਓ ਚੰਗੇ ਲੱਗਦੇ ਨੇ ਉਹਨਾਂ ਨੂੰ ਲਾਈਕ ਕਰਦਾ ਕਰੋ ਅਗੇ ਸ਼ੇਅਰ ਕਰਦਾ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ ਠੀਕ ਹੈ ਜੀ ਤਾਂ ਵੀਡੀਓ ਨੂੰ ਦੋ ਤਿੰਨ ਵਾਰ ਜ਼ਰੂਰ ਦੇਖ ਲਿਆ ਕਰੋ ਕਿਉਂਕਿ ਦੋ ਤਿੰਨ ਵਾਰ ਦੇਖਣ ਦੇ ਨਾਲ ਤੁਹਾਡੀ ਰਿਵੀਜ਼ਨ ਵਧੀਆ ਹੋ ਜਾਂਦੀ ਹੈ ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ